ਖਬਰਾਂ ਵਿੱਚੋਂ ਖਬਰ ਸੁਣੀ ਦੀ ਖਬਰ ਸੁਣੀ ਦੀ ਚੰਗੀ ਸੀਐਮ ਮਾਨ ਨੇ ਮੋਦੀ ਕੋਲੋਂ ਰਕਮ ਵੀ ਵੱਡੀ ਮੰਗੀ ਬਸ ਐਸੀ ਉਮੀਦ ਜੇ ਮੈਂ ਵੀ ਚੁੰਨੀ ਬਸੰਤੀ ਰੰਗੀ ਖੋਰੇ ਸਰਕਾਰ 'ਚ ਕੱਟੀ ਜਾਏ ਪੰਜਾਬ ਦੀ ਤੰਗੀ ਸਸ਼ੀਕਾਲ ਜੀ ਪੰਜਾਬ ਟੂਡੇ ਦੇਖ ਰਹੇ ਦਰਸ਼ਕਾਂ ਦਾ ਇੱਕ ਵਾਰ ਫਿਰ ਸਵਾਗਤ ਹੈ ਸਾਡੇ ਪ੍ਰੋਗਰਾਮ ਖਬਰਾਂ ਵਿੱਚੋਂ ਖਬਰ ਦੇ ਵਿੱਚ ਸੱਡਨਾਲ ਮੌਜੂਦ ਨੇ ਅਮਨਦੀਪ ਸਿੰਘ ਪਾਪੀ ਜੀ ਸਸ਼ੀਕਾਲ ਸਰ ਸਸ਼ੀਕਾਲ ਜੀ ਸੋ ਚੰਗੀ ਖਬਰਾਂ ਪੰਜਾਬ ਦੇ ਵਿੱਚ ਕਿ ਨਿਕੁ ਨੇ ਬਹੁਤ ਨੇ ਜੀ ਪੰਜਾਬ ਚ ਚੰਗੀਆਂ ਖਬਰਾਂ ਬਹੁਤ ਨੇ ਦੇਸ਼ ਦੁਨੀਆ ਭਰ ਤੇ ਵੀ ਬਹੁਤ ਨੇ ਖਬਰਾਂ ਤੇ ਖਬਰਾਂ ਚੰਗੀਆਂ ਹੋਣੀਆਂ ਮੈਨੂੰ ਲੱਗਦਾ ਕਾਫੀ ਨਹੀਂ ਹੁੰਦਾ ਕਾਫੀ ਹੁੰਦਾ ਹੈ ਖਬਰਾਂ ਦਾ ਇੰਪਲੀਮੈਂਟ ਹੋਣਾ ਔਰ ਉਹਨਾਂ ਖਬਰਾਂ ਦੇ ਵਿੱਚ ਜਿਹੜੀਆਂ ਚੰਗੀਆਂ ਗੱਲਾਂ ਆ ਉਹ ਲੋਕਾਂ ਤੱਕ ਪਹੁੰਚਣ ਇਹ ਜ਼ਿਆਦਾ ਜ਼ਰੂਰੀ ਹੈ ਤੇ ਹਾਲੇ ਦੇ ਵਿੱਚ ਸੀਐਮ ਭਗਵੰਤ ਮਾਨ ਨੇ ਪੀਐਮ ਮੋਦੀ ਤੋਂ ਅੱਛੀ ਖਾਸੀ ਰਕਮ ਮੰਗੀ ਹੈ ਕੀ ਲੱਗਦਾ ਵੀ ਪੰਜਾਬ ਦਾ ਵਿਕਾਸ ਮੁੜ ਸੁਰਜੀਤ ਹੋ ਸਕੂਗਾ ਕਿੰਨੀ ਉਮੀਦ ਆ ਇੱਕ ਗੱਲ ਆਪਾਂ ਨੂੰ ਸਮਝ ਲੈਣੀ ਚਾਹੀਦੀ ਹੈ ਕਿ ਉਹ ਰਕਮ ਵੇਖਣ ਨੂੰ ਬਹੁਤ ਵੱਡੀ ਲੱਗਦੀ ਹੈ ਪਰ ਉਹ ਉਨੀ ਵੱਡੀ ਹੈ ਨਹੀਂ ਰਕਮ ਹੂੰ ਅ ਜੇ ਕਿਸੇ ਪਰਸਨ ਦੀ ਗੱਲ ਕਰੀਏ ਇੱਕ ਬੰਦੇ ਲਈ 1 ਕਰੋੜ ਰੁਪਇਆ ਜੇ ਅਸੀਂ ਸੁਣੀਏ ਤਾਂ ਉਹ ਹੋ ਸਕਦਾ ਹੈ ਕਿ ਇਨਫ ਹੋਊਗਾ ਇੱਕ ਸਟੇਟ ਦੇ ਲਈ ਇਹ ਅਮਾਉਂਟ ਇਨਫ ਨਹੀਂ ਹੈ ਤੇ ਜਿੱਥੇ ਤੱਕ ਗੱਲ ਹੈ 1 ਕਰੋੜ 1 ਲੱਖ ਕਰੋੜ ਰੁਪਏ 1 ਲੱਖ ਕਰੋੜ ਰੁਪਏ ਜੇ ਮਿਲ ਵੀ ਗਿਆ ਤੇ ਕੀ ਅਸੀਂ ਅ ਅਮੀਰ ਹੋ ਜਾਾਂਗੇ ਪੰਜਾਬ ਦਾ ਸਾਰਾ ਕਰਜ਼ਾ ਚੱਕਿਆ ਜਾਊਗਾ ਪੰਜਾਬ ਰੰਗਲਾ ਪੰਜਾਬ ਬਣ ਜਾਊਗਾ ਪੰਜਾਬ ਸੋਨੇ ਦੀ ਚਿੜੀ ਬਣ ਜਾਊਗਾ ਇਹ ਉਮੀਦਾਂ ਸਾਨੂੰ ਬਿਲਕੁਲ ਨਹੀਂ ਰੱਖਣੀਆਂ ਚਾਹੀਦੀਆਂ ਇੱਕ ਐਗਜ਼ਾਮਪਲ ਹੈ ਤੁਸੀਂ ਸੁਸ਼ੀਲ ਕੁਮਾਰ ਦਾ ਨਾਮ ਸੁਣਿਆ ਕੇਬੀਸੀ ਵਿਨਰ 5 ਕਰੋੜ ਜਿੱਤਦੇ ਸੀ ਜੜੀ ਬਿਲਕੁਲ ਪਹਿਲੇ 5 ਕਰੋੜ ਰੁਪਏ ਜਿੱਤਣ ਵਾਲਾ ਸੁਸ਼ੀਲ ਕੁਮਾਰ ਅੱਜ ਕਿੱਥੇ ਹੈ ਤੇ ਕੀ ਕਰ ਰਿਹਾ ਹੈ ਕਿਸੇ ਨੂੰ ਪਤਾ ਹੈ ਚਰਚਾ ਚ ਤਾਂ ਨਹੀਂ ਹੈ ਉਹੀ ਗੱਲ ਹੈ 5 ਕਰੋੜ ਜਿੱਤਣ ਵਾਲਾ ਸੁਸ਼ੀਲ ਕੁਮਾਰ ਅੱਜ ਬੈਂਕ ਕਰਪਟ ਤੇ ਇਹੀ ਡਰ ਹੈ ਕਿ ਇਹ ਹਾਲਾਤ ਪੰਜਾਬ ਦੇ ਨਾਲ ਹੋ ਜਾਣ। ਜੇ ਪੰਜਾਬ ਨੂੰ 1 ਲੱਖ ਕਰੋੜ ਰੁਪਏ ਮਿਲਦਾ ਵੀ ਹੈ ਕਿ ਅਸੀਂ ਉਹਨੂੰ ਯੂਟਿਲਾਈਜ਼ ਠੀਕ ਤਰੀਕੇ ਨਾਲ ਕਰ ਸਕਦੇ ਹਾਂ ਕਿ ਉਹ ਚੰਗੀ ਜਗ੍ਹਾ ਇਨਵੈਸਟ ਹੋ ਪਾਊਗਾ। ਜਿਹੜਾ 3 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ ਕਿ ਉਹ ਪੂਰਾ ਕੀਤਾ ਜਾ ਸਕਦਾ ਹੈ। ਕਿ ਉਹ ਘਾਟਾ ਪੂਰਾ ਹੋਊਗਾ। ਸਾਡੇ ਜਿਹੜੇ ਡਿਪਾਰਟਮੈਂਟ ਘਾਟੇ 'ਚ ਚੱਲ ਰਹੇ ਆ। ਟਰਾਂਸਪੋਰਟ ਘਾਟੇ 'ਚ ਚੱਲਦਾ ਰਿਹਾ। ਬਿਜਲੀ ਵਿਭਾਗ ਘਾਟੇ 'ਚ ਚੱਲਦਾ ਰਿਹਾ। ਜਿਹੜੇ ਡਿਪਾਰਟਮੈਂਟ ਘਟਿਆਂ ਚ ਚੱਲ ਰਹੇ ਆ ਕੀ ਉਹ ਫਾਇਦੇ ਚ ਹੋ ਜਾਣਗੇ ਉਹ ਮੁਨਾਫੇ ਚ ਆ ਜਾਣਗੇ ਵੱਡਾ ਸਵਾਲ ਹੈ ਇਮਪਲੋਇਮੈਂਟ ਜਨਰੇਸ਼ਨ ਦੀ ਵੀ ਗੱਲ ਬਿਲਕੁਲ ਇਮਪਲੋਇਮੈਂਟ ਜਨਰੇਸ਼ਨ ਵੀ ਇੱਕ ਹੋਰ ਮੈਨੂੰ ਯਾਦ ਆਉਂਦੀ ਆ ਖਬਰ ਜਿਹੜੀ ਚੰਗੀ ਖਬਰ ਸੀ ਕਿਉਂਕਿ ਭਗਵੰਤ ਮਾਨ ਸਾਹਿਬ ਨੇ ਜਦੋਂ ਵੀ ਸਰਕਾਰ ਚ ਆਏ ਜਦੋਂ ਤੋਂ ਪਹਿਲੇ ਦਿਨ ਉਹਨਾਂ ਨੇ ਸੌਂਚ ਕੇ ਖਟਕੜ ਕਲਾਂ ਜਾ ਕੇ ਹੂੰ ਲੋਕਾਂ ਨੂੰ ਬੁਲਾਇਆ ਬਸੰਤੀ ਪੱਗਾਂ ਬਨ ਲਓ ਬਸੰਤੀ ਦੁਪੱਟੇ ਲਾ ਲਓ ਫਿਰ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਤੇ ਉਹਨਾਂ ਨੇ ਅਨਾਉਂਸ ਕੀਤਾ ਐਂਟੀ ਕ腐ਪਸ਼ਨ ਹੈਲਪਲਾਈਨ ਹੈਲਪਲਾਈਨ ਸੋ ਕਾਲਡ ਐਂਟੀ ਕ腐ਪਸ਼ਨ ਹੈਲਪਲਾਈਨ ਸੋ ਕਾਲਡ ਐਂਟੀ ਕ腐ਪਸ਼ਨ ਹੈਲਪਲਾਈਨ ਨੰਬਰ ਤੁਸੀਂ ਇਹ ਦੇਖੋ ਕਿ ਉਸ ਹੈਲਪਲਾਈਨ ਨੰਬਰ ਤੇ ਵਰਕ ਕਿਵੇਂ ਕਰਨਾ ਉਸ ਹੈਲਪਲਾਈਨ ਨੰਬਰ ਨੇ ਹਮ ਇੱਕ ਵਟਸਐਪ ਨੰਬਰ ਹੈ ਉਹਦੇ ਤੇ ਤੁਸੀਂ ਕੋਈ ਵੀ ਫੋਟੋ ਜਾਂ ਵੀਡੀਓ ਤੁਸੀਂ ਸ਼ੇਅਰ ਕਰ ਸਕਦੇ ਹੋ ਉਹ ਫੋਟੋ ਵੀਡੀਓ ਜਿਹੜੀ ਕ腐ਪਸ਼ਨ ਦੀ ਆ ਤੇ ਉਹ ਫੋਟੋ ਵੀਡੀਓ ਕਿੱਥੋਂ ਆਉਗੀ ਉਹ ਫੋਟੋ ਵੀਡੀਓ ਆਉਗੀ ਸੜਕ ਤੋਂ ਕਿਸੇ ਸੜਕ ਕਿਨਾਰੇ ਖੜੇ ਕਿਸੇ ਅ ਅਧਿਕਾਰੀ ਨੇ ਕਿਸੇ ਤੋਂ 500 ਰੁਪਏ ਲੈ ਲਿਆ ਜਾਂ ਕਿਸੇ ਛੋਟੇ ਲੈਵਲ ਦੇ ਅਧਿਕਾਰੀ ਨੇ ਕਿਸੇ ਤੋਂ 1000 ਰੁਪਏ 5000 ਰੁਪਏ ਜਾਂ ਕਿਸੇ ਪਟਵਾਰਖਾਨੇ ਚ ਜਾਂ ਕਿਸੇ ਰਜਿਸਟ੍ਰੇਸ਼ਨ ਆਫਿਸ ਦੇ ਵਿੱਚ ਜਿੱਥੇ ਰਿਸ਼ਵਤ ਚੱਲ ਰਹੀ ਆ ਉਹ ਵੀ 1000 5000 20000 50000 ਹੋ ਸਕਦਾ 1 ਲੱਖ ਰੁਪਏ ਤੱਕ ਦੀ ਰਿਸ਼ਵਤ ਦੀਆਂ ਉੱਥੇ ਵੀਡੀਓਜ਼ ਆ ਜਾਣ ਪਰ ਵੱਡਾ ਸਵਾਲ ਇਹ ਹੈ ਕਿ ਉਹ ਕਰਾਪਸ਼ਨ ਹੈ ਜਿਹੜੀ ਉਹ ਆਮ ਲੋਕਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰ ਰਹੀ ਹੈ ਕਿੰਨਾ ਕੁ ਫਰਕ ਪੈ ਰਿਹਾ ਆਮ ਲੋਕਾਂ ਦੀ ਜ਼ਿੰਦਗੀ ਲਈ ਮੈਨੂੰ ਜੇ ਕੋਈ ਟ੍ਰੈਫਿਕ ਪੁਲਿਸ ਦਾ ਕੋਈ ਅਧਿਕਾਰੀ ਰੋਕ ਕੇ ਮੇਰੇ ਤੋਂ 500 ਰੁਪਏ ਵੀ ਲਵੇ ਉਹ ਮੈਨੂੰ ਇੰਪੈਕਟ ਕਰਦਾ ਹੈ ਉਹ ਸਿਰਫ ਮੈਨੂੰ ਇੰਪੈਕਟ ਕਰਦਾ ਹੈ ਔਰ ਜੇ ਸਟੇਟ ਦੀ ਗੱਲ ਕਰੀਏ ਉਹ ਵੀ ਗਲਤ ਹੈ ਉਹ ਵੀ ਰੁਕਣਾ ਚਾਹੀਦਾ ਪਰ ਜੇ ਸਟੇਟ ਦੀ ਗੱਲ ਕਰੀਏ ਤਾਂ ਸਟੇਟ ਦੇ ਲੈਵਲ ਕਰਪਸ਼ਨ ਹੋਰ ਵੱਡੇ ਲੈਵਲ ਤੇ ਹੋ ਰਹੀ ਹੈ ਕਰੋੜਾਂ ਦੇ ਕਰੋੜਾਂ ਦੇ ਵੀ ਕਮਾਂ ਤਾਂ 100 ਕਰੋੜ ਦਾ ਜਿਹੜਾ ਟੈਂਡਰ ਹੁੰਦਾ ਹੈ ਉਹਦੇ ਪਿੱਛੇ ਜਿਹੜੀ ਕ腐ਪਸ਼ਨ ਹੁੰਦੀ ਹੈ ਉਹਨੂੰ ਕੌਣ ਰੋਕੂਗਾ ਵੱਡਾ ਸਵਾਲ ਇਹ ਨਹੀਂ ਹੈ ਕਿ ਤੁਸੀਂ ਕਿਸੇ ਨੂੰ 500 ਰੁਪਏ ਦੇ ਕੇ ਤੇ ਉਹਦੀ ਵੀਡੀਓ ਬਣਾਓ ਉਹਦੀ ਫੋਟੋ ਖਿੱਚੋ ਤੇ ਭੇਜ ਦਿਓ ਇਹ ਵੀ ਰੁਕਣਾ ਜ਼ਰੂਰੀ ਹੈ ਪਰ ਮੈਂ ਕਹਿੰਦਾ ਕਿ ਉਹ ਕਿਉਂ ਨਾ ਰੁਕੇ ਵੱਡੇ ਲੈਵਲ ਦੀ ਕ腐ਪਸ਼ਨ ਵੱਡੇ ਲੈਵਲ ਦੀ ਕ腐ਪਸ਼ਨ ਕਿਉਂ ਨਾ ਰੁਕੇ ਭਗਵੰਤਮਾਨ ਸਾਹਿਬ ਦੇ ਵੀ ਇੰਟਰਵਿਊਜ਼ ਦੇ ਵਿੱਚ ਸੁਣਿਆ ਸੀ ਕਿ ਕੋਈ ਪੁਲ ਹੈ ਜਿਹੜਾ ਉਹਦੇ ਤੇ 1 ਕਰੋੜ ਰੁਪਏ ਲੱਗਣਾ ਸੀਗਾ ਤੇ ਅਸੀਂ ਉਹਨੂੰ ਕੁਝ ਲੱਖਾਂ ਚ ਬਣਾਤਾ ਹੈ ਨਾ ਜਿਹੜੇ ਕਰੋੜਾਂ ਦੀ ਐਸਟੀਮੇਟ ਸੀਗੇ ਉਹ ਲੱਖਾਂ ਚ ਕੰਮ ਹੋਣ ਲੱਗ ਪਏ ਜੀ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਇਹ ਦਾਅਵੇ ਕੀਤੇ ਆ ਕਿ ਜਿਹੜੇ ਟੈਂਡਰ ਕਰੋੜਾਂ ਦੇ ਸੀਗੇ ਉਹ ਅਸੀਂ ਲੱਖਾਂ ਚ ਕਰਵਾਤੇ ਹੁਣ ਮੈਂ ਕਹਿੰਨਾ ਹੈ ਕਿ ਭਗਵੰਤ ਮਾਨ ਸਾਹਿਬ ਅੱਗੇ ਆ ਕੇ ਇਹ ਗੱਲ ਦੱਸਣ ਕਿ ਜੀ ਜਿਹੜੇ ਕੰਮ ਜਿਹੜੇ ਟੈਂਡਰ 5-500 ਕਰੋੜ ਦੇ ਹੋ ਰਹੇ ਸੀਗੇ ਉਹਨਾਂ ਦੇ ਵਿੱਚ 500 ਕਰੋੜ ਦੀ ਰਿਕੁਆਇਰਮੈਂਟ ਨਹੀਂ ਸੀ ਉਹ 400 ਕਰੋੜ ਚ ਹੋਣਾ ਚਾਹੀਦਾ ਸੀ ਤੇ ਇੱਥੇ ਅਸੀਂ ਉਹਨਾਂ ਅਧਿਕਾਰੀਆਂ ਨੂੰ ਪੁਨਿਸ਼ਮੈਂਟ ਦੇ ਰਹੇ ਆ ਉਨ੍ਹਾਂ ਤੇ ਆ ਕਾਰਵਾਈ ਹੋ ਰਹੀ ਆ ਤੇ ਅਸੀਂ ਉਹ ਪੈਸੇ ਨੂੰ ਇੱਥੋਂ ਬਚਾਵਾਂਗੇ ਭਗਵੰਤ ਮਾਨ ਜਵਾਬ ਇਹ ਦੇਣ ਕਿ ਜੀ ਅਸੀਂ ਕਿੰਨੇ ਕਰੋੜਾਂ ਦੇ ਕੰਮ ਆ ਜਿਹੜੇ ਉਹਨਾਂ ਚੋਂ ਕਿੰਨੇ ਕਰੋੜਾ ਰੁਪਏ ਬਚਾ ਰਹੇ ਆ ਉਹ ਲੋਕਾਂ ਲਈ ਮੈਨੂੰ ਲੱਗਦਾ ਫਾਇਦੇਮੰਦ ਆ ਉਹ ਲੋਕਾਂ ਦੇ ਕੰਮ ਆਉਣ ਵਾਲੀ ਚੀਜ਼ ਆ ਤੇ ਅਮਨ ਜੀ ਤੁਸੀਂ ਅੱਛੀ ਗੱਲ ਕੀਤੀ ਵੱਡੇ ਲੈਵਲ ਦੇ ਕਰਾਪਸ਼ਨ ਦੀ ਜੀ ਇਹ ਨਵੇਂ ਸਰਕਾਰ ਦੇ ਨਵੇਂ ਸੀਐਮ ਨੇ ਹਾਂਜੀ ਖੜਕੜ ਕਲਾ ਸੌਸ ਸਮਾਗਮ ਵੀ ਹੋ ਗਿਆ ਸੌਚਲ ਸਮਾਗਮ ਵੀ ਹੋ ਗਿਆ ਹਨਾ ਕ腐ਸ਼ਨ ਫ੍ਰੀ ਹੈਲਪਲਾਈਨ ਨੰਬਰ ਅਸੀਂ ਡਿਸਕਸ ਕੀਤਾ ਉਹ ਵੀ ਹੋ ਗਿਆ ਤੇ ਸ਼ਹੀਦੀ ਦਿਹਾੜੇ ਤੇ ਪਬਲਿਕ ਹਾਲੀਡੇ ਵੀ ਅਨਾਉਂਸ ਹੋ ਗਿਆ ਹਾਂਜੀ ਇਹਨਾਂ ਤੋਂ ਕਾਫੀ ਹੈ ਨਹੀਂ ਉਹੀ ਗੱਲ ਹੈ ਕਿ ਇੰਨਾ ਕਾਫੀ ਨਹੀਂ ਹੈ ਹਮ ਪ੍ਰਚਾਰ ਦੇ ਲਈ ਇਹ ਚੀਜ਼ਾਂ ਬਹੁਤ ਵਧੀਆ ਹੈ ਕਿ ਤੁਸੀਂ ਬਸੰਤੀ ਪੱਗਾਂ ਬੰਨ੍ਹ ਕੇ ਪੂਰੇ ਪੰਡਾਲ ਨੂੰ ਬਸੰਤੀ ਕਰ ਦਿਓ ਹਨਾ ਤੁਸੀਂ ਵਟਸਐਪ ਤੇ ਮੈਸੇਜਸ ਭੇਜੋ ਇਹ ਲੋਕਾਂ ਦੇ ਖੇਡਣ ਲਈ ਤਾਂ ਚੀਜ਼ ਬਹੁਤ ਵਧੀਆ ਹੋ ਜੂਗੀ ਇਸ ਤੋਂ ਪਹਿਲਾਂ ਵੀ ਵੀਡੀਓਜ਼ ਆਉਂਦੀਆਂ ਰਹੀਆਂ ਐ ਇਸ ਤੋਂ ਪਹਿਲਾਂ ਵੀ ਟਵਿੱਟਰ ਤੇ ਟਵੀਟ ਹੁੰਦੇ ਰਹੇ ਐ ਇੱਕ ਮੈਨੂੰ ਯਾਦ ਐ ਇੱਕ ਬਹੁਤ ਵੀਡੀਓ ਵਾਇਰਲ ਹੋਈ ਸੀ ਮਸ਼ਹੂਰ ਹੋਈ ਸੀ ਇੱਕ ਰੇੜੀ ਤੋਂ ਇੱਕ ਪੁਲਿਸ ਦਾ ਕਾਂਸਟੇਬਲ ਉੱਥੋਂ ਇੱਕ ਅੰਡਾ ਚੋਰੀ ਕਰਦਾ ਉਹਦੀ ਵੀਡੀਓ ਵਾਇਰਲ ਹੋ ਗਈ ਸੀ ਜਿਹੜਾ ਫਤੇਗੜ ਸਾਹਿਬ ਦੀ ਵੀਡੀਓ ਸੀ ਇਹ ਤੇ ਇਹੋ ਜੇ ਕੰਮ ਤਾਂ ਹੁੰਦੇ ਰਹੇ ਐ ਪਹਿਲਾਂ ਵੀ ਉਹ ਜਿਹੜੇ ਅੱਜ ਉਹਨਾਂ ਨੇ ਵਟਸਐਪ ਤੇ ਸ਼ੁਰੂ ਕੀਤਾ ਚਲੋ ਇਹ ਠੀਕ ਐ ਕਿ ਵਟਸਐਪ ਤੇ ਜਾਊਗਾ ਕਿਸੇ ਦੀ ਜ਼ਿੰਮੇਵਾਰੀ ਬਣ ਜੂਗੀ ਕਿ ਭਾਈ ਆ ਜ਼ਿੰਮੇਵਾਰੀ ਫਿਕਸ ਹੋ ਗਈ ਕਿ ਜੀ ਭਗਵੰਤ ਮਾਨ ਸਾਹਿਬ ਨੂੰ ਅਸੀਂ WhatsApp ਕਰਤਾ ਤੇ ਹੁਣ ਇਹਦੇ ਤੇ ਕਰਪਸ਼ਨ ਤੇ ਕਾਰਵਾਈ ਹੋ ਜੂਗੀ ਤੇ ਸਵਾਲ ਉੱਥੇ ਦਾ ਉੱਥੀ ਹੈ ਜੀ ਵੱਡੀ ਕਰਪਸ਼ਨ ਜਿਹੜੀ ਆ ਉਹ ਖਤਮ ਹੋਣੀ ਚਾਹੀਦੀ ਹੈ ਤੇ ਪਲਾਨ ਹੋਣਾ ਚਾਹੀਦਾ ਤੇ ਮੈਂ ਕਹਿੰਦਾ ਕਿ ਕਿਉਂ ਇਹ ਜਿਹੜੇ ਵੱਡੇ ਟੈਂਡਰ ਹੈ ਵੱਡੇ ਕੀ ਤੇ ਛੋਟੇ ਕੀ ਉਹ ਉਹਨਾਂ ਹੀ ਕੰਪਨੀਆਂ ਨੂੰ ਕਿਉਂ ਮਿਲਦੇ ਆ ਜੇ ਤੁਸੀਂ ਕੰਪੀਟੀਸ਼ਨ ਲੈ ਕੇ ਆਓ ਮਾਰਕੀਟ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੇ ਵੀ ਕੰਮ ਹੋ ਰਿਹਾ ਉਹਦੇ ਵਿੱਚ ਕੰਪੀਟੀਸ਼ਨ ਪੈਦਾ ਕਰੋ ਉਹੋ ਜਿਹਾ ਮਾਹੌਲ ਦਿਓ ਤੇ ਜੇ ਕੰਪੀਟੀਸ਼ਨ ਹੋਊਗਾ ਜਿਹੜਾ ਕੰਮ ਕੋਈ ਵੱਡੀ ਕੰਪਨੀ 500 ਕਰੋੜ ਚ ਕਰਦੀ ਆ ਹੋ ਸਕਦਾ ਕੋਈ ਨਵੀਂ ਕੰਪਨੀ ਉਹਨੂੰ 350 ਕਰੋੜ ਚ ਕਰ ਦੇ ਹੋ ਸਕਦਾ ਨਵੀਂ ਟੈਕਨੋਲੋਜੀ ਦੇ ਨਾਲ ਕੋਈ 400 ਕਰੋੜ ਚ ਕਰ ਦੇ ਹੋ ਸਕਦਾ ਕੋਈ 499 ਕਰੋੜ ਚ ਕਰ ਦੇ 1 ਕਰੋੜ ਰੁਪਏ ਦਾ ਬਚਦਾ ਹੈ ਓਪਰਚ्युनिटी इज द ਕੰਪੀਟੀਸ਼ਨ ਕ੍ਰੀਏਟ ਕਰ ਮੈਨੂੰ ਲੱਗਦਾ ਹੈ ਕਿ ਓਪਰਚ्युनिटी ਕ੍ਰੀਏਟ ਕਰਨੀ ਚਾਹੀਦੀ ਹੈ ਕੰਪੀਟੀਸ਼ਨ ਕ੍ਰੀਏਟ ਕਰਨਾ ਚਾਹੀਦਾ ਉਹਦੇ ਨਾਲ ਕੀ ਹੈ ਕਿ ਇੱਕ ਤਾਂ ਰੋਜ਼ਗਾਰ ਉਹਦਾ ਹੱਲ ਹੋ ਜਾਣਾ ਹੈ ਜਿਹੜਾ ਕਿ ਭਗਵੰਤ ਮਾਨ ਸਰਕਾਰ ਪਹਿਲੇ ਦਿਨ ਤੋਂ ਦਾਵਾ ਕਰਦੀ ਆ ਰਹੀ ਹੈ ਕਿ ਅਸੀਂ ਰੋਜ਼ਗਾਰ ਦੇਵਾਂਗੇ ਰੋਜ਼ਗਾਰ ਦੇਣ ਲਈ ਇੱਥੇ ਇੰਡਸਟਰੀ ਆਉਣੀ ਚਾਹੀਦੀ ਹੈ ਇੰਡਸਟਰੀ ਦੇ ਵਿੱਚ ਕੰਪੀਟੀਸ਼ਨ ਹੋਊਗਾ ਇੰਡਸਟਰੀ ਨੂੰ ਕੰਮ ਕਿਨੇ ਦੇਣਾ ਸਰਕਾਰ ਨੇ ਦੇਣਾ ਜੇ ਸਰਕਾਰ ਜਿੰਨੇ ਪੁਲ ਬਣ ਰਹੇ ਆ ਜਿੰਨੇ ਸਕੂਲ ਬਣ ਰਹੇ ਆ ਕਾਲਜਸ ਬਣ ਰਹੇ ਆ ਜਿੰਨੀਆਂ ਇਮਾਰਤਾਂ ਬਣਦੀਆਂ ਉਹਦੇ ਇਲਾਵਾ ਵੀ ਫੂਡ ਪ੍ਰੋਸੈਸਿੰਗ ਹੁੰਦੀ ਹੈ ਜੇ ਉਹ ਕੰਮ ਆਮ ਲੋਕਾਂ ਨੂੰ ਮਿਲੇ ਜੇ ਉਹ ਕੰਮ ਪੰਜਾਬ ਦੇ ਨੌਜਵਾਨਾਂ ਨੂੰ ਮਿਲੇ ਪੰਜਾਬ ਦੇ ਲੋਕਾਂ ਨੂੰ ਮਿਲੇ ਰੋਜ਼ਗਾਰ ਵੀ ਪੈਦਾ ਹੋਊਗਾ ਕੰਪੀਟੀਸ਼ਨ ਵੀ ਹੋਊਗਾ ਟੈਂਡਰਾਂ ਤੇ ਵੀ ਪੈਸੇ ਘੱਟ ਲੱਗਣਗੇ ਤੇ ਉਹ ਪੈਸਾ ਬਚ ਕੇ ਪੰਜਾਬ ਦੇ ਖਜ਼ਾਨੇ 'ਚ ਵੀ ਜਾਊਗਾ ਤੇ ਸਾਨੂੰ ਕਿਤੋਂ ਵੀ ਕੁਝ ਮੰਗਣ ਦੀ ਲੋੜ ਨਹੀਂ ਪੈਣੀ ਹੁਣ ਅਸੀਂ ਵੱਧਦੇ ਹਾਂ ਅੱਜ ਦੀਆਂ ਜ਼ਰੂਰੀ ਖਬਰਾਂ ਵੱਲ ਪੀਐਮ ਮੋਦੀ ਨੇ ਦਿੱਲੀ ਵਿੱਚ ਪ੍ਰਮੁੱਖ ਸਿੱਖ ਬੁੱਧੀਜੀਵੀਆਂ ਨਾਲ ਕੀਤੀ ਮੁਲਾਕਾਤ ਕਿਸਾਨਾਂ ਦੀ ਭਲਾਈ ਅਤੇ ਪੰਜਾਬ ਦੇ ਵਿਕਾਸ ਬਾਰੇ ਕੀਤੀ ਚਰਚਾ ਪ੍ਰਧਾਨ ਮੰਤਰੀ ਮੋਦੀ ਨੇ ਸਿੱਖ ਬੁੱਧੀਜੀਵੀਆਂ ਦੇ ਵਫਦ ਨਾਲ ਕਿਸਾਨ ਭਲਾਈ ਨੌਜਵਾਨ ਸਸ਼ਕਤੀਕਰਨ ਨਸ਼ਾ ਮੁਕਤ ਸਮਾਜ ਰਾਸ਼ਟ੍ਰਵਿਦयक ਨੀਤੀ ਹੁਨਰ ਰੁਜ਼ਗਾਰ ਟੈਕਨੋਲੋਜੀ ਅਤੇ ਪੰਜਾਬ ਦੇ ਸਰਵਪੱਖੀ ਵਿਕਾਸ ਦੇ ਰਾਵਰਗੇ ਵਿਭਿੰਨ ਵਿਸ਼ਿਆਂ ਤੇ ਗੱਲਬਾਤ ਕੀਤੀ। ਪੰਜਾਬ ਦੇ ਵਿਧਾਇਕਾਂ ਲਈ ਸਿਰਫ ਇੱਕ ਪੈਨਸ਼ਨ ਮੁੱਖ ਮੰਤਰੀ ਭਗਵੰਤ ਮਾਨ ਦਾ ਐਲਾਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁਕਰਵਾਰ ਨੂੰ ਐਲਾਨ ਕੀਤਾ ਕਿ ਪੰਜਾਬ ਦੇ ਵਿਧਾਇਕਾਂ ਨੂੰ ਹੁਣ ਤੋਂ ਕਈ ਪੈਨਸ਼ਨਾਂ ਪਰਿਵਾਰਿਕ ਪੈਨਸ਼ਨਾਂ ਨਹੀਂ ਮਿਲਣਗੀਆਂ। ਮੁੱਖ ਮੰਤਰੀ ਨੇ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ ਕਿ ਸਿਰਫ ਇੱਕ ਹੀ ਪੈਨਸ਼ਨ ਦਿੱਤੀ ਜਾਵੇਗੀ ਭਾਵੇਂ ਇੱਕ ਵਿਧਾਇਕ ਨੇ 5 ਜਾਂ 6 ਵਾਰ ਸੇਵਾ ਕੀਤੀ ਹੋਵੇ ਨਾ ਕਿ ਹਰੇਕ ਕਾਰਜਕਾਲ ਲਈ ਵਾਧੂ ਪੈਨਸ਼ਨ ਮੋਹਾਲੀ ਦੇ ਕਿਸਾਨਾਂ ਦੇ ਧਰਨੇ ਦੌਰਾਨ ਪੰਜਾਬ ਅਤੇ ਚੰਡੀਗੜ੍ਹ ਪੁਲਿਸ ਨੇ ਸੁਰੱਖਿਆ ਵਧਾ ਦਿੱਤੀ ਹੈ ਐਸਕੇਐਮ ਆਗੂ ਜਗਜੀਤ ਸਿੰਘ ਢੱਲੇਵਾਲ ਵੱਲੋਂ ਕਿਸਾਨਾਂ ਨੂੰ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਵਿਖੇ ਇਕੱਠੇ ਹੋਣ ਦੇ ਦਿੱਤੇ ਸੱਦੇ ਤੋਂ ਬਾਅਦ ਪੁਲਿਸ ਨੇ ਇਲਾਕੇ ਵਿੱਚ ਸੁਰੱਖਿਆ ਵਧਾ ਦਿੱਤੀ ਡੇਲੇਵਾਲ ਨੇ ਚੇਤਾਵਨੀ ਦਿੱਤੀ ਕਿ ਜੇਕਰ ਕੁਝ ਵੀ ਗਲਤ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਚੰਡੀਗੜ੍ਹ ਪ੍ਰਸ਼ਾਸਨ ਦੀ ਹੋਵੇਗੀ। ਸੋ ਇਹ ਤਾਂ ਸੀ ਸਰ ਅੱਜ ਦੀਆਂ ਮੁੱਖ ਖਬਰਾਂ। ਹੁਣ ਵੱਧਦੇ ਆ ਇਸ ਪ੍ਰੋਗਰਾਮ ਦੇ ਲਾਸਟ ਸੈਗਮੈਂਟ ਵੱਲ ਸਰਕਾਰੀ ਖਬਰ। ਪਹਿਲਾਂ ਤਾਂ ਤੁਸੀਂ ਦੱਸੋ ਸਾਡੇ ਦਰਸ਼ਕਾਂ ਨੂੰ ਵੀ ਸਰਕਾਰੀ ਖਬਰ ਕੀ ਹੁੰਦੀ ਹੈ? ਅੱਜ ਦੀ ਸਰਕਾਰੀ ਖਬਰ ਕੀ ਹੈ? ਜੀ ਬਿਲਕੁਲ ਸਰਕਾਰੀ ਖਬਰ ਹੈ ਜਿਹੜੀ ਸਰਕਾਰ ਵੱਲੋਂ ਰਿਲੀਜ਼ ਕੀਤੀ ਜਾਂਦੀ ਹੈ। ਡੀਪੀਆਰ ਪੰਜਾਬ ਵੱਲੋਂ ਜੋ ਖਬਰ ਰਿਲੀਜ਼ ਕੀਤੀ ਜਾਂਦੀ ਹੈ। ਤੇ ਅੱਜ ਦੀ ਸਰਕਾਰੀ ਖਬਰ ਹੈਗੀ ਹੈ ਮੇਰੇ ਕੋਲ ਵੱਡੀ ਇੱਕ ਕੈਬਨਟ ਮੰਤਰੀ ਬੈਂਸ ਸਵੇਰੇ 9 ਵਜੇ ਦਫ਼ਤਰ ਪਹੁੰਚੇ ਨਵੀਂ ਮਾਈਨਿੰਗ ਪਾਲਿਸੀ ਸੰਬੰਧੀ ਮਾਹਿਰਾਂ ਨਾਲ ਮੀਟਿੰਗ ਕੀਤੀ ਸਮਾ ਬੱਧਤਾ ਤੇ ਕੁਸ਼ਲ ਪ੍ਰਸ਼ਾਸਨ ਸੰਬੰਧੀ ਆਪਣੀ ਸਰਕਾਰ ਦੀ ਵਚਨਬੱਧਤਾ ਦੁਹਰਾਉਂਦਿਆਂ ਪੰਜਾਬ ਦੇ ਕੈਬਨਟ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਨੇ ਅੱਜ ਸਵੇਰੇ 9 ਵਜੇ ਦਫ਼ਤਰ ਪਹੁੰਚ ਕੇ ਨਵੀਂ ਮਾਈਨਿੰਗ ਪਾਲਿਸੀ ਦੇ ਸਬੰਧ ਵਿੱਚ ਮਾਹਿਰਾਂ ਨਾਲ ਮੁਲਾਕਾਤਾਂ ਕੀਤੀਆਂ ਜੀ ਹੁਣ ਇਹਦੇ ਵਿੱਚ ਮੈਨੂੰ ਇਹ ਨਹੀਂ ਸਮਝ ਆਈ ਪੂਰੀ ਖਬਰ ਮੈਂ ਪੜ੍ਹੀ ਐ ਇੰਟਰੋ ਮੈਂ ਤੁਹਾਨੂੰ ਪੜ੍ਹ ਕੇ ਸੁਣਾਈ ਐ ਕੇ ਮਾਹਿਰਾਂ ਨਾਲ ਮੁਲਾਕਾਤ ਤਾਂ ਕੀਤੀ ਉਹਨਾਂ ਨੇ ਕਿ ਨਵੀਂ ਮਾਈਨਿੰਗ ਪਾਲਿਸੀ ਬਣਾਵਾਂਗੇ ਉਹ ਮਾਹਿਰ ਕਿਹੜੇ ਸੀ ਗੱਲ ਇਹ ਹੈ ਜੇ ਉਹਨਾਂ ਹੀ ਮਾਹਿਰਾਂ ਨਾਲ ਗੱਲ ਕੀਤੀ ਹੈ ਇਹਨਾਂ ਨੇ ਜਿਨ੍ਹਾਂ ਨੇ ਚੰਨੀ ਨਾਲ ਕੀਤੀ ਸੀ ਜਾਂ ਕੈਪਟਨ ਅਮਰਿੰਦਰ ਸਿੰਘ ਨਾਲ ਕੀਤੀ ਸੀ ਫਿਰ ਤਾਂ ਮੈਨੂੰ ਲੱਗਦਾ ਮਾਹਿਰ ਬਦਲਣ ਦੀ ਦੌੜ ਹੈ ਤੇ ਮੈਨੂੰ ਲੱਗਦਾ ਕਿ ਮਾਹਿਰਾਂ ਨਾਲ ਮੁਲਾਕਾਤ ਕਰਕੇ ਚਲੋ ਇੱਕ ਪੋਜ਼ਿਟਿਵ ਚੀਜ਼ ਰੱਖਣੀ ਚਾਹੀਦੀ ਹੈ ਸਾਨੂੰ ਕਿ ਕੁਝ ਨਵਾਂ ਆਵੇ ਪੰਜਾਬ 'ਚ ਕਿਉਂਕਿ ਮਾਈਨਿੰਗ ਨੂੰ ਲੈ ਕੇ ਬਹੁਤ ਚਰਚੇ ਰਹੇ ਆ ਉਹ ਚਾਹੇ ਅਕਾਲੀ ਸਰਕਾਰ ਹੋਵੇ ਕਾਂਗਰਸ ਦੀ ਹੋਵੇ ਕਾਂਗਰਸ ਦੀ ਵੀ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ 100 ਦਿਨ ਦੀ ਚੰਨੀ ਸਾਹਿਬ ਦੀ ਸਰਕਾਰ ਹੋਵੇ ਚਾਹੇ ਆਰੋਪ ਸਾਰਿਆਂ ਤੇ ਲੱਗਦੇ ਰਹੇ ਆ ਕਈ ਮੰਤਰੀਆਂ ਤੇ ਆਰੋਪ ਲੱਗੇ ਆ ਕਈਆਂ ਤੇ ਕੇਸ ਵੀ ਹੋਏ ਆ ਤੇ ਚੱਲ ਚੱਲ ਵੀ ਰਹੇ ਆ ਤਾਂ ਮੈਨੂੰ ਲੱਗਦਾ ਮਾਈਨਿੰਗ ਦਾ ਮੁੱਦਾ ਇੱਕ ਬਹੁਤ ਵੱਡਾ ਔਰ ਵੱਡੀ ਗੱਲ ਇਹ ਕਿ ਮਾਈਨਿੰਗ ਦੇ ਵਿੱਚ ਵੀ ਮਾਈਨਿੰਗ ਦੇ ਪਿੱਛੇ ਵੀ ਇੱਕ ਵੱਡਾ ਰੈਵਨਿਊ ਹੈ ਜਿੱਥੋਂ ਪੰਜਾਬ ਸਰਕਾਰ ਰੈਵਨਿਊ ਲੈ ਸਕਦੀ ਹੈ ਤੇ ਇਹ ਮਾਹਿਰਾਂ ਦੀ ਮੀਟਿੰਗ ਅਸੀਂ ਉਮੀਦ ਕਰਦੇ ਹਾਂ ਕਿ ਚੰਗੀ ਹੋਈ ਹੋਵੇ ਤੇ ਜਿਹੜੀ ਵੀ ਪਾਲਿਸੀ ਬਣੇ ਉਹ ਪੰਜਾਬ ਦੇ ਹਿੱਤ ਦੀ ਬਣੇ ਤਾਂ ਕਿ ਪੰਜਾਬ ਦੇ ਲੋਕ ਪੰਜਾਬ ਦਾ ਰੇਤਾ ਜਿਹੜਾ ਵਿਕ ਰਿਹਾ ਉਹਦਾ ਫਾਇਦਾ ਖੱਟ ਸਕਣ ਸੋ ਸਰ ਮੁੱਖ ਦੀ ਗੱਲ ਕੀ ਹੈ ਫਾਈਨਲ ਟੇਕ ਮੁੱਖ ਦੀ ਗੱਲ ਹੈ ਜੀ ਖਬਰਾਂ ਵਿੱਚੋਂ ਖਬਰ ਸੁਣੀ ਖਬਰ ਬੜੀ ਹੀ ਖਾਸ ਖਬਰਾਂ ਵਿੱਚੋਂ ਖਬਰ ਸੁਣੀ ਖਬਰ ਬੜੀ ਹੀ ਖਾਸ ਹਰ ਸਰਕਾਰ ਤੋਂ ਹੁੰਦੀ ਸਾਨੂੰ ਆਮ ਲੋਕਾਂ ਨੂੰ ਆਸ ਤਰਲੇ ਪਾ ਕੇ ਹੱਥ ਜੋੜ ਕੇ ਕਰਦੇ ਹਾਂ ਅਰਦਾਸ ਨਵੇਂ ਪੰਜਾਬ ਨੂੰ ਨਵੀਂ ਸਰਕਾਰ ਆ ਜਾਵੇ ਜੇ ਰਾਸ ਨਵੇਂ ਪੰਜਾਬ ਨੂੰ ਨਵੀਂ ਸਰਕਾਰ ਆ ਜਾਵੇ ਜੇ ਰਾਸ ਸੋ ਬਾਤ ਬਾਤ ਨਾਲ ਵਰ ਤੁਹਾਡਾ ਸਰ ਇਹੋ ਜਿਹੀ ਜ਼ਰੂਰੀ ਜਾਣਕਾਰੀ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਐਂਡ ਡੂ ਨੋਟ ਫੋਰਗੇਟ ਟੂ ਸਬਸਕ੍ਰਾਈਬ ਟੂ ਆਰ ਚੈਨਲ ਐਂਡ ਡਾਊਨਲੋਡ ਆਰ ਐਪ ਭੁੱਲਿਓ ਨਾ ਕਮੈਂਟ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਸਤਿ ਸ਼੍ਰੀ ਅਕਾਲ